स्वागत है किसान वीरो तुहाडा यूट्यूब चैनल सिद्क डेयरी फार्मिंग दे विच। किसान वीरो अज जिहड़ी वीडियो बना रहे हैं पिंड कोटली संघर, ये श्री मुक्तसर साहब जिले का पिंड है ते नेड़े पिंड दोस्तों थांदे वाला भी रह जांदा है। इस पिंड दे विच दोस्तों एक परिवार इदां दा भी जिहनूं नीली रावी का शौक है ते कई मेलियां दे विच आपदे बेशक ओह झोटा सी जां मज उन्हां नूं चवाई दे मुकाबलियां च ते झोटे नूं जिहड़ा नसल मुकाबलियां च वी पाउंदे रहे आ जिहड़े वी रहे आ। एक वीर पशु कुछ घटाते सी घर दे विचों झोटा दोस्तों जिहड़ा सीगा उहदा नाम बाई जी तों आपां पुछांगे जदों गल्लां बातां करांगे। आपां इह वीडियो पाई सी वेख के उह फिरोजपुर जिले दे इक पिंड दे विच गया। अज दी वीडियो शौक वजों तुहानूं दिखाउण लगे आ ते नाल इक चीज़ होर तुहाडे ध्यान च लियाऊंगा वी जिहड़े चंगे पशु जिहड़े वीर कोल हुंदे आ ते उहदियां जिहड़ियां उह चंगियां मझां दियां गां कट्टियां जिहनूं नीली रावी नसल दा जां किसे वी किस्म दी ब्रीड दा शौक है उह गां वेचदा नहीं छेती। ते इस बाई ने दोस्तों पता लग्गा वी इक मझ वेचती सीगी ते उहदे मगर जिहड़ी कट्टी सीगी उह दुबारा वापस लिआंदी है। सामने जिहड़ी वड्डी झोटी देख रहे तुसीं डिटेल बाई दसूगा। इह मैं इस लई दसदा वी कई वीर दोस्तों तुहानूं पता ही आ मैं वीडियो दे विच कुछ कहना वी शुरू कीता सी वी जिहड़ियां कट्टियां नीली रावी दियां चंगे साना दियां कह के चंगियां मझां दियां कह के कई वीर जिहड़ा उह शौक नाल वपार दा काम करदे आ पर उहदे च बहुते वीरां दे जिहड़े अरमान उह लुट्टे ही जांदे आ जदों आपां रेट बारे सुणदे आ जां जिहड़े दुद्ध दी डिटेल उहनां बारे दस्सी जांदी है। पर इहनां नूं शौक आ नीली रावी नसल दा उहदे बदौलत उसे शौक दे करके दोस्तो कुछ पशु नीली रावी दे नवें सिरे तों शुरू करने शुरू जिहड़े करने शुरू कीते आ। सो आओ दोस्तों बाई नाल गल्लबात करदे आ इन्हां पशुआं दी डिटेल इन्हां कट्टियां झोटियां दी डिटेल भी पुछदे आ ते नाल गल्लां बातां कुछ आपां नीली रावी नसल बारे भी करांगे। ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਨਾਮ ਆਪਣਾ ਦੱਸ ਦਿਓ ਜੀ ਬਾਈ ਜੀ ਪਹਿਲਾਂ ਇੱਧਰ ਤੋਂ ਮਹਿੰਦਰ ਸਿੰਘ ਧਾਲੀਆ ਠੀਕ ਹੈ ਜੀ ਸਵਰਨਜੀਤ ਸਿੰਘ ਦਾ ਠੀਕ ਹੈ ਵੀਰ ਲਖਵੀਰ ਸਿੰਘ ਸੋਹਣਾ ਸੁਧਾਰ ਮੇਲ ਸਿੰਘ ਪਿੰਡ ਕੋਟਲੀ ਸਿੰਘ ਜੀ ਠੀਕ ਹੈ ਜੀ ਆਪਣਾ ਗੁਰਸ਼ੇਵ ਸਿੰਘ ਬਰਾੜੇ ਠੀਕ ਹੈ ਸਰ ਬਾਈ ਲਖਵੀਰ ਸਿੰਘ ਜੀ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਮੇਰੇ ਖਿਆਲ ਚ ਮੇਲਿਆਂ ਚ ਪਸ਼ੂ ਤੁਸੀਂ ਜ਼ਿਆਦਾ ਲੈ ਕੇ ਜਾਂਦੇ ਰਹੇ ਹੋ ਨੀਲੀ ਰਾਵੀ ਨਸਲ ਦੇ ਹਾਂ ਜੀ ਮੇਲਿਆਂ ਹੀ ਪਸ਼ੂ ਆਪਣੇ ਜਾਂਦੇ ਰਹੇ ਠੀਕ ਹੈ ਸਹਿਯੋਗ ਰਿਹਾ ਸਹੀ ਹੈ ਜੀ ਸਹਿਯੋਗ ਵੱਧ ਰਿਹਾ ਕੰਨੀ ਵਾਲੇ ਬੱਜੇ ਦਾ ਗੁਰਮੇਂਦਰ ਸਿੰਘ ਦਾ ਠੀਕ ਹੈ ਇਹਨਾਂ ਨੇ ਇਸ ਲੈਣ ਚ ਪਾਏ ਆ ਤੇ ਮਦਦ ਕੀਤੀ ਹੈ ਠੀਕ ਹੈ ਪਤਾ ਜੌਬ ਵਾਲੇ ਬੰਦੇ ਆ ਸਹੀ ਹੈ ਜੀ ਇਹਨਾਂ ਦੀ ਦੇਣ ਨਾਲ ਹੀ ਬਹੁਤ ਨਾਮ ਜਿੱਤੇ ਬੜੇ ਮੇਲੇ ਜਿੱਤੇ ਸਹੀ ਹੈ ਜੀ ਬੜੀ ਬਾਬੇ ਨੇ ਕਿਰਪਾ ਕੀਤੀ ਠੀਕ ਹੈ ਤੇ ਹੁਣ ਬਾਈ ਇਹ ਡਾਕਟਰ ਵੀਰ ਵੀ ਸਹਿਯੋਗ ਫਿਰ ਤੁਹਾਨੂੰ ਦੇ ਰਿਹਾ ਪੂਰਾ ਡਾਕਟਰ ਵੀਰ ਵੀ ਟਿਕਾ ਟੱਲਿਆਂ ਦਾ ਸਾਰਾ ਜੀਓ ਡਾਕਟਰ ਸਾਹਿਬ ਇਲਾਜ ਕਰਦੇ ਆ ਠੀਕ ਹੈ ਚੰਗੇ ਚੰਗੇ ਬੱਚੇ ਆਪਾਂ ਬਣਾ ਕੇ ਵੇਚੇ ਆ ਜੀ ਠੀਕ ਹੈ ਅੱਛਾ ਬਾਈ ਜੀ ਤੁਹਾਡੇ ਤੋਂ ਜ਼ਰੂਰ ਇਹ ਪੁੱਛੂੰਗਾ ਵੀ ਕਿਹੜੇ ਕਿਹੜੇ ਮੇਲਿਆਂ 'ਚ ਆਪਾਂ ਪਾਰਟਿਸਿਪੇਟ ਕੀਤਾ ਤੇ ਕਿਸ ਕੈਟਾਗਰੀ 'ਚ ਕੀਤਾ ਮੇਲਾ ਬਾਈ ਜੀ 2013 ਤੋਂ ਲਾ ਕੇ ਮੁਕਸਰ ਠੀਕ ਹੈ ਜਿੰਨਾ ਵੀ ਜ਼ਿਲ੍ਹਾ ਚੈਂਪੀਅਨਸ਼ਿਪ ਹੋਈਆਂ ਠੀਕ ਹੈ ਉਹਦੇ ਵਿੱਚ ਆਪਣੇ ਸਾਰੇ ਪਸ਼ੂ ਨੀਲੀ ਰਾਵੀ ਦੇ ਵਿੱਚ ਨਾਮ ਜਿੱਤਦੇ ਰਹੇ ਆ ਠੀਕ ਹੈ ਉਹ ਦੁੱਧ ਦਿੰਦੀਆਂ ਨੂੰ ਹੋਣ ਬੇਸ਼ੱਕ ਡਰਾਈ 'ਚ ਹੋਣ ਪੀਰੀਆਂ ਹੋਣ ਠੀਕ ਹੈ अपनी वड्डी मैं जित्ती सी ठीक है पांचवे नंबर ते आई सी ड्राई दे विच अच्छा उदू बाद दूजे नंबर ते अपनी झूठी आई सी ममता ठीक है ते चौथे नंबर ते आई सी वड्डी मैं लाडोई ठीक है ਤੇ ਕਿੰਨੇ ਕੁ ਦੋ ਸਾਲ ਦੇ ਆਪਾਂ ਜਗਰਾਉਂ ਠੀਕ ਹੈ ਜੀ ਜਗਰਾਉਂ ਤੋਂ ਵੀ ਇਹ ਦੋਵੇਂ ਮਹੀਆਂ ਤੇ ਆਪਣਾ ਕੱਟਾ ਨੀਲੀ ਰਾਵੀ ਦਾ ਤੁਹਾਡੇ ਚੈਨਲ ਤੇ ਵੇਚਿਆ ਸੀ ਆਪਾਂ ਠੀਕ ਹੈ ਬੋਲ ਵੇਚਿਆ ਸੀ ਠੀਕ ਹੈ ਸੈਕੰਡ ਆਇਆ ਸੀ ਠੀਕ ਹੈ ਇਹ ਦੋਵੇਂ ਮਾਵਾਂ ਧੀਆਂ ਸੈਕੰਡ ਫਸਟ ਸੌਰੀ ਸੈਕੰਡ ਤੇ ਥਰਡ ਆਉਂਦੀਆਂ ਰਹੀਆਂ ਜੀ ਠੀਕ ਹੈ ਫਿਰ ਪਟਿਆਲੇ ਮੇਲਾ ਲੱਗਿਆ ਸੀ ਉਹਦੇ ਵੀ ਜਿਹੜੀ ਮਮਤਾ ਝੋਟੀ ਸੀ ਆਪਣੀ ਉਹ ਦੂਜੇ ਨੰਬਰ ਤੇ ਆਈ ਸੀ ਤੇ ਜਿਹੜੀ ਵੱਡੀ ਮੈਂ ਸੀ ਲਾਡੋ ਉਹ ਤੀਜੇ ਨੰਬਰ ਤੇ ਆਈ ਸੀ ਠੀਕ ਹੈ ਉਸ ਤੋਂ ਬਾਅਦ ਮੇਲਾ ਕੋਈ ਲੱਗਿਆ ਨਹੀਂ ਜੀ ਬਟਾਲੇ ਲੱਗਿਆ ਸੀ ਉਹ ਗਿਆ ਨਹੀਂ ਗਿਆ ਜੀ ਠੀਕ ਹੈ ਦੂਰ ਪੈ ਜਾਂਦਾ ਹਾਂਜੀ ਜਿਹੜਾ ਆਪਾਂ ਝੋਟਾ ਉਹ ਵੇਚਿਆ ਉਹਦਾ ਨਾਮ ਕੀ ਰੱਖਿਆ ਸੀ ਆਪਾਂ ਉਹਦਾ ਨਾਮ ਦੁੱਲਾ ਸੀ ਦੁੱਲਾ ਰੱਖਿਆ ਸੀ ਹਾਂਜੀ ਦੁੱਲਾ ਠੀਕ ਹੈ ਤੇ ਹੁਣ ਫਿਰ ਨੀਲੀ ਰਾਵੀ ਦਾ ਫੇਰ ਸ਼ੌਂਕ ਆ 13 ਤਾਂ ਪਸ਼ੂ ਉਦੋਂ ਮੇਰੇ ਖਿਆਲ ਚ ਆਪਾਂ ਘਟਾਤੇ ਸੀ ਕੁਸਨ ਪੂਰਾ ਹੀ ਫਰਕ ਪੈ ਗਿਆ ਸੀ ਠੀਕ ਹੈ ਬਾਕੀ ਜਦੋਂ ਬਾਬਾ ਜਿਹੜਾ ਉਹ ਖਾ ਕੇ ਬੰਦਾ ਸੰਭਲਦਾ ਜੀ ਠੀਕ ਹੈ ਬੇੜਾ ਬਾਹਰ ਚਲਾ ਗਿਆ ਸੀ ਅੱਛਾ ਮੈਂ ਥੋੜਾ ਸ਼ੂਗਰ ਦੀ ਬਿਮਾਰੀ ਕਰਕੇ ਬਿਮਾਰ ਰਹਿਣ ਲੱਗ ਪਿਆ ਜੀ ਅੱਛਾ ਪਸ਼ੂ ਲਗਭਗ ਸਾਰੇ ਹੀ ਵੇਚਤੇ ਸੀ ਠੀਕ ਹੈ ਵੱਡੀ ਮੱਝ ਹੀ ਰਹਿ ਗਈ ਸੀ ਅੱਛਾ ਦੂਜੀ ਉਹ ਮਮਤਾ ਹੀ ਵੇਚਤੀ ਦੁੱਲਾ ਹੀ ਵੇਚਤਾ ਜੀ ਠੀਕ ਹੈ ਸਾਰੇ ਬੱਚੇ ਵੇਚਤੇ ਮੁੜ ਕੇ ਪੈਣਾ ਭਰਾਵਾਂ ਦੇ ਫੋਨ ਬਹੁਤ ਆਉਣ ਲੱਗ ਪਏ ਤੇ ਸਰੀਰ ਕੋ ਠੀਕ ਹੋਇਆ ਮੈਂ ਹੀ ਯਾਰ ਇੰਨੇ ਨਾਲ ਲਾਲਚ ਲੱਗੇ ਆ ਅੱਛਾ ਮੈਂ ਹੁਣ ਕੋਸ਼ਿਸ਼ ਕੀਤੀ ਹੈ ਵੀ ਚੰਗੇ ਚੰਗੇ ਜਿਹੜੇ ਪਹੁ ਵੇਚੇ ਸੀ ਵਾਪਸ ਲੈਣ ਦੀ ਕੋਸ਼ਿਸ਼ ਹੈ
ਠੀਕ ਹੈ, ਮੇਰਾ ਪਸ਼ੂ ਵੇਚਣਾ ਜਾਵੇ ਜ਼ਰੂਰ ਮੇਰੇ ਨਾਲ ਕੰਟੈਕਟ ਕਰੇ, ਮੇਰੇ ਘਰੋਂ ਗਿਆ ਹੋਵੇ ਠੀਕ ਹੈ, ਵਾਪਸ ਲੈਣ ਦੀ ਇੱਛਾ ਰੱਖਦਾ ਠੀਕ ਹੈ। ਅੱਛਾ ਜਿਹੜੀ ਇੱਕ ਝੋਟੀ ਆਪਾਂ ਲਿਆਂਦੀ ਆ ਦਿਖਾਵਾਂਗੇ ਜ਼ਰੂਰ ਆਪਾਂ ਉਹ ਨਾ, ਥੋੜੀ ਜਿਹੀ ਇਹਦੀ ਡਿਟੇਲ ਦੱਸ ਦਿਓ ਜੀ ਵੀ ਇਹ ਕਿਹੜੇ ਸਾਨ ਦੀ ਹੈ ਤੇ ਕਿਹੜੀ ਮੱਝ ਦੀ ਹੈ। ਡਿਟੇਲ ਜੀ ਇਹਦੀ ਇਹ ਹੈ ਵੀ ਜਿਹੜੀ ਆਪਣੀ ਵੱਡੀ ਮੈਂ ਜੀ ਲਾਡੋ ਉਹਦੀ ਦੂਜੇ ਸੂਏ ਦੀ ਕੱਟੀ ਸੀ ਜੀ, ਠੀਕ ਹੈ ਰੇਖਾ। ਅੱਛਾ ਉਹਦੇ ਆਪਾਂ ਲਵਾਇਆ ਸੀ ਧੰਨੇ ਸ਼ੀਰ ਵਾਲੇ ਬਾਬਰ ਰਵਾਨ ਦਾ ਟੀਕਾ ਜੀ, ਠੀਕ ਹੈ। ਉਹ ਜ਼ਿਲ੍ਹਾ ਚੈਂਪੀਅਨਸ਼ਿਪ ਜਿਹੜੀ ਮੁਕਤਸਰ ਸੀਗੀ ਉਹਦੇ ਚੋਂ ਫਸਟ ਆਈ ਸੀ ਖੀਰੀਆਂ ਜੀ, ਠੀਕ ਹੈ। ਉਦੋਂ ਬਾਅਦ ਉਹ ਸਤੰਬਰ ਚ ਸੂਈ ਸੀ, ਠੀਕ ਹੈ। ਉਹੀ ਗੱਲ ਉਹ ਕਿਸੇ ਕਾਰਨ ਕਰਕੇ ਘਰਦਿਆਂ ਨੇ ਪਸ਼ੂ ਬਾਹਲੇ ਕਰਕੇ ਪਕਾਤੀ ਸੀ ਜੀ, ਠੀਕ ਹੈ। ਉਹ ਮੈਂ ਪਿੰਡ ਵਿੱਚ ਹੀ ਪਿੰਡੋਂ ਥੰਦ ਵਾਲੇ ਜਾਵੜੀ ਜੀ, ਅੱਛਾ ਥੰਦ ਵਾਲ ਤੋਂ ਹੁਣ ਵਾਪਸ ਫੇਰ ਮੈਂ ਲੈ ਕੇ ਆਇਆ ਕੱਲ ਪਰਸੋਂ ਉਹਦੀ ਕੱਟੀ ਲਿਆਂਦੀ ਉਹਦੇ ਕਰਕੇ। ਹਾਂ ਮੈਂ ਅਸਲ ਵੀਡੀਓ ਵਿਖਾਉਣ ਲੱਗਿਆ, ਠੀਕ ਹੈ। ਬਾਬਰ ਰਵਾਨ ਦੀ ਕੱਟੀ ਹੈ, ਠੀਕ ਹੈ, ਲੈ ਕੇ ਆਇਆ ਮੈਂ ਵਾਪਸੀ, ਠੀਕ ਹੈ। ਮੇਰੇ ਘਰੇ ਜੰਮੀ ਸੀ, ਠੀਕ ਹੈ। ਅੱਛਾ ਮੱਝ ਦਾ ਦੁੱਧ ਵੱਧ ਤੋਂ ਵੱਧ ਹੁਣ ਤੱਕ ਨੀਲੀ ਰਾਵੀ ਦਾ ਕਿੰਨਾ ਚੋਇਆ ਕਰੇ ਤੁਸੀਂ? ਅਸੀਂ 19 ਕਿਲੋ 20 ਕਿਲੋ ਲਗਭਗ ਮੈਂ ਦਿੰਦੀ ਪੋਲੇ ਹੱਥਾਂ ਦੁੱਧ, ਜਿਵੇਂ ਕਿ ਤੁਹਾਡੇ ਨਾਲ ਗੱਲ ਕੀਤੀ ਜਦੋਂ ਆਪਾਂ ਦੁੱਲਾ ਸੇਲ ਕੀਤਾ ਜੀ, ਤੁਹਾਡੇ ਨਾਲ ਗੱਲ ਹੋਈ ਸੀ ਵੀ ਚੁਆਈ ਕਰਾਂਗੇ। ਹਾਂਜੀ ਹਾਂਜੀ, ਤੁਹਾਨੂੰ ਫੋਨ ਵੀ ਕੀਤਾ ਸੀ ਵੀ ਚੁਆਈ ਕਰਾਉਣੀ ਆਪਾਂ, ਠੀਕ ਹੈ। ਉਹ ਰੱਬ ਦੀ ਕਰਨੀ ਕੀ ਹੋਇਆ ਜੀ, ਕੀੜਾ ਛੋ ਗਿਆ ਆਖੂਗਾ ਜੀ। ਅੱਛਾ ਸੱਪ ਘਟ ਗਏ ਕਾਫੀ ਜੀ, ਅੱਛਾ, ਤੇ ਤਾਂ ਕਰਕੇ ਚੁਆਈ ਰਹਿ ਗਈ। ਨਹੀਂ ਮੈਂ ਚੁਆਈ ਤੇ ਆ ਗਈ ਸੀ, ਠੀਕ ਹੈ। ਤੁਹਾਨੂੰ ਸੱਦਣਾ ਹੀ ਸੀ, ਥੋੜੇ ਖਿਆਲ ਚ ਹੋਊਗੀ। ਬਿਲਕੁਲ ਮੇਰੇ ਧਿਆਨ ਚ ਬਿਲਕੁਲ ਹੋਈ ਸੀ ਗੱਲ ਆਪਣੀ, ਠੀਕ ਹੈ। ਅੱਛਾ ਇਹ ਝੋਟੀ ਫਿਰ ਹੁਣ ਆਪਾਂ ਵਾਪਸ ਲੈ ਕੇ ਆਂਦੀ ਹੈ ਨਾ, ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀਗਾ? ਇਹਦੀ ਮਾਂ ਹੁਣ ਵੀ ਥੰਦ ਵਾਲੇ ਖੜੀ ਹੈ, 16-17 ਕਿਲੋ ਦਾ ਆਦੇ ਮੂੰਹ ਦੱਸਦੇ, ਠੀਕ ਹੈ। ਦੋਸਤੋ ਤੁਹਾਨੂੰ ਝੋਟੀ ਜ਼ਰੂਰ ਦਿਖਾ ਦਿੰਦਾ ਜਿਹੜੀ ਵਾਪਸ ਲੈ ਕੇ ਆਂਦੀ ਹੈ। ਇਹ ਝੋਟੀ ਹੈ ਦੋਸਤੋ ਬਾਬਰ ਵਨ ਧੰਨਾ ਸ਼ਹੀਦ ਪਿੰਡ ਦੇ ਵਿੱਚ ਬਾਈ ਦਰਸ਼ਨ ਸਿੰਘ ਕੋਲ ਉਹ ਝੋਟਾ ਸੀਗਾ ਉਹਦੀ ਧੀ। ਤੇ ਇਹ ਗੱਲ ਮੈਂ ਇਸ ਲਈ ਦੋਸਤੋ ਸ਼ੁਰੂ ਦੇ ਵਿੱਚ ਹੀ ਦੱਸਦੀ ਸੀ ਵੀ ਜਿਵੇਂ ਬਾਈ ਜੀ ਹੋਰੀ ਦੱਸਦੇ ਆ ਵੀ 16-17 ਕਿਲੋ ਦੁੱਧ ਵਾਲੀ ਮੱਝ ਦੀ ਇਹ ਧੀ ਹੈ, ਤੇ ਉਹਨੇ ਦੁੱਧ ਵਾਲੀ ਮੱਝ ਦੀ ਧੀ ਇਹਨਾਂ ਕੋਲੋਂ ਗਈ ਸੀ ਤੇ ਇਹਨਾਂ ਨੇ ਵਾਪਸ ਖਰੀਦ ਲਈ ਹੈ। ਇਹ ਇਸ ਲਈ ਮੈਂ ਤੁਹਾਨੂੰ ਦੱਸਦਾ ਕਿਉਂਕਿ ਜੇ ਨੀਲੀ ਰਾਵੀ ਨਸਲ ਦਾ ਸ਼ੌਂਕ ਹੈ ਤੇ ਜਿਹਦੇ ਕੋਲ 16-17 ਕਿਲੋ ਵਾਲੀ ਮੱਝ ਆ ਗਈ ਦੋਸਤੋ, ਜਿਹੜਾ ਬਰੀਡਰ ਵੀਰ ਹੈ ਉਹ ਛੇਤੀ ਉਸ ਮੱਝ ਨੂੰ ਘਰੋਂ ਨਹੀਂ ਕੱਢਦਾ ਤੇ ਉਹਦੀਆਂ ਝੋਟੀਆਂ ਤਾਂ ਦੋਸਤੋ ਵੇਚਣਾ ਦੂਰ ਦੀ ਗੱਲ। ਕੋਈ ਕਾਰਨ ਬਣਿਆ ਸੀਗਾ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਵੀ ਬੇਟਾ ਇਹਨਾਂ ਦਾ ਫੋਰਨ ਚਲਾ ਗਿਆ, ਬਾਹਰ ਚਲਾ ਗਿਆ, ਆਪ ਮੁਲਾਜ਼ਮ ਵੀ ਆ ਤੇ ਨਾਲ ਦੋਸਤੋ ਥੋੜੀ ਜਿਹੀ ਸ਼ੂਗਰ ਦੀ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਪਸ਼ੂ ਘਟਾਏ ਸੀ, ਪਰ ਦੁਬਾਰਾ ਆਪਦੀ ਬਰੀਡ ਜਿਹੜੀ ਆਪਦੇ ਘਰ ਦੇ ਵਿੱਚੋਂ ਦੋਸਤੋ ਗਈ ਸੀ ਉਹਨੂੰ ਮੋੜ ਕੇ ਲਿਆਂਦਾ। ਹਜੇ ਮੇਰੇ ਖਿਆਲ ਚ 1-2 ਦਿਨ ਹੀ ਹੋਏ ਆ, ਹਜੇ ਤੀਜੀ ਨਹੀਂ ਪੂਰੀ। ਇਹ ਕਿੱਦਾਂ ਖਰੀਦੀ ਹੈ ਜੀ ਹੁਣ? 3 ਦਿਨ ਹੀ ਹੋਏ ਜੀ। 3 ਦਿਨ ਹੋਏ ਆ। ਅੱਛਾ ਇਹਦੀ ਹੁਣ ਉਮਰ ਕਿੰਨੀ ਹੈ ਜੀ? ਇਹਦੀ ਉਮਰ ਜੀ 2 ਸਾਲ ਤੇ 5 ਮਹੀਨੇ ਲਗਭਗ ਹੋ ਗਈ ਪੱਕਾ, ਮੈਂ ਤੁਹਾਨੂੰ ਡੇਟ ਦੱਸ ਦੂੰਗਾ, ਮੇਰਾ ਸਤੰਬਰ ਦਾ ਜਨਮ ਸੀ। ਠੀਕ ਹੈ, 2 ਸਾਲ ਤੇ 5 ਮਹੀਨੇ। ਤੇ ਇਹ ਗੱਭਣ ਤਾਂ ਨਹੀਂ ਹੋਈ? ਨਹੀਂ ਗੱਭਣ ਨਹੀਂ ਹੋਈ। ਠੀਕ ਹੈ, ਸੋ ਦੋਸਤੋ ਇਹ ਝੋਟੀ ਤੁਹਾਨੂੰ ਜ਼ਰੂਰ ਦਿਖਾਉਣੀ ਹੈ। ਬਟਾਲੇ ਦਾ ਮੇਲਾ ਕੈਂਸਲ ਹੋ ਗਿਆ, ਨਹੀਂ ਇਹ ਉਹਦੇ ਵਾਸਤੇ ਲਈ ਸੀ। ਅੱਛਾ ਉਹਦੇ ਵਾਸਤੇ ਲਈ ਸੀ, ਠੀਕ ਹੈ। ਇਹ ਮੇਲੇ 'ਚ ਤੁਹਾਨੂੰ ਮਿਲਣੀ ਸੀ ਦੋਸਤੋ, ਦੇਖ ਸਕਦੇ ਹੋ ਕੱਦ ਕਾਠ, ਮੇਲਾ ਜਿਹੜਾ ਉਹ ਕੈਂਸਲ ਹੋ ਗਿਆ, ਹਾਲਾਂਕਿ ਪੈਸੇ ਖੁੱਲ੍ਹੇ ਹੀ ਲਾਏ ਸੀਗੇ ਅਤੇ ਕਿਉਂਕਿ ਚੰਗੀ ਚੀਜ਼ ਆ ਦੋਸਤੋ, ਦੇਖ ਸਕਦੇ ਹੋ ਤੁਸੀਂ ਚਾਰੇ ਪੈਰ ਵਾਈਟ ਨਿਸ਼ਾਨ, ਮੂੰਹ ਮੱਥਾ ਬਹੁਤ ਸੋਹਣਾ, ਸਿੰਗ ਬਿਲਕੁਲ ਕੁੰਡਾ ਬਹੁਤ ਸੋਹਣਾ ਸਿੰਗ ਹੈ, ਅੱਖ ਦੋਸਤੋ ਸਾਈਡਾਂ ਤੋਂ ਗੁਲਾਬੀ ਬਹੁਤ ਜ਼ਿਆਦਾ ਸੋਹਣੀ ਅੱਖ ਹੈ। ਬਾਕੀ ਇਹ ਝੋਟੀ ਦੋਸਤੋ ਦੁੱਧ ਵੀ ਇਹਨੇ ਚੰਗਾ ਦੇਣਾ ਤੇ ਇਹਨਾਂ ਦਾ ਹੀ ਰਵਾ ਸੀ ਦੋਸਤੋ ਜਿਹੜਾ ਘਰ ਦੇ ਵਿੱਚੋਂ ਪਹਿਲਾਂ ਤੁਹਾਨੂੰ ਦੱਸਤਾ। ਜੇ ਇਹਦੇ ਥਾਣ ਦੋਸਤੋ ਨੇੜੇ ਦੇ ਹੋ ਕੇ ਦੇਖਣੇ ਹੁਣ ਤਾਂ ਬਹੁਤ ਜ਼ਬਰਦਸਤ ਬਹੁਤ ਸੋਹਣੇ ਥਾਣ ਹੈ। ਬਾਕੀ ਕੁਝ ਕੱਟੀਆਂ ਹੋਰ ਵੀ ਨੀਲੀ ਰਾਵੀ ਨਸਲ 'ਚ, ਇੱਕ ਬੂਰੀ ਵੀ ਹੈ, ਬਾਕੀ ਇਹ 2-3 ਹੋਰ ਹੈ। ਉਮੀਦ ਆਉਣ ਵਾਲੇ ਟਾਈਮ 'ਚ ਦੋਸਤੋ ਇਹਨਾਂ ਦਾ ਪਰਿਵਾਰ ਫਿਰ ਤੁਹਾਨੂੰ ਮੇਲਿਆਂ ਦੇ ਵਿੱਚ ਮਿਲੂਗਾ। ਇਹ ਬਾਈ ਜੀ ਹੋਰੀ ਮੇਲਿਆਂ ਦੇ ਵਿੱਚ ਜਦੋਂ ਨੀਲੀ ਰਾਵੀ ਦਾ ਕੋਈ ਮੁਕਾਬਲਾ ਹੋਇਆ ਕਰੂਗਾ ਉਹਦੇ 'ਚ ਇਹਨਾਂ ਦਾ ਵੀ ਪਸ਼ੂ ਖੜੂਗਾ। ਤੇ ਨਾਲ ਇੱਕ ਸੈਟਅਪ ਜ਼ਰੂਰ ਤੁਹਾਨੂੰ ਦੋਸਤੋ ਦਿਖਾ ਦੇਣਾ, ਹਾਲਾਂਕਿ ਬਹੁਤ ਘੱਟ ਲੋ ਕੋਸਟ ਦੇ ਉੱਤੇ ਤਿਆਰ ਕੀਤਾ ਹੋਇਆ ਸ਼ੈੱਡ ਹੈ। ਇਹਦੇ 'ਚ ਝੋਟੀਆਂ ਇਹ ਖੁੱਲ੍ਹੀਆਂ ਛੱਡਤੀਆਂ, ਜੇ ਕੋਈ ਵੀਰ ਇੱਦਾਂ ਕੱਟੀਆਂ ਝੋਟੀਆਂ ਰੱਖਣੀਆਂ ਚਾਹੇ ਦੋਸਤੋ ਬਾਹਰ ਤੋਂ ਪੱਠੇ ਪੈ ਜਾਂਦੇ ਆ, ਤੇ ਇਹਦਾ ਫਾਇਦਾ ਇਹ ਆ ਵੀ ਇਹਨਾਂ ਦੀ ਜਿਹੜੀ ਰੱਖ ਰਖਾਵ ਦੇ ਉੱਤੇ ਬਾਹਲੀ ਖੇਚਲ ਨਹੀਂ ਕਰਨੀ ਪੈਂਦੀ। ਖਰਚਾ ਤਾਂ ਖੈਰ ਉਹੀ ਹੋਣਾ ਦੋਸਤੋ ਪਸ਼ੂ ਦੇ ਉੱਤੇ ਜਿਹੜਾ ਆਪਾਂ ਬੰਨ ਕੇ ਕਰਦੇ ਹਾਂ, ਪਰ ਖੁੱਲ੍ਹੇ ਪਸ਼ੂ ਦੇ ਉੱਤੇ ਜਿਹੜੀ ਲੇਬਰ ਘੱਟ ਜਾਂਦੀ ਹੈ, ਖਰਚਾ ਘੱਟ ਜਾਂਦਾ, ਸੋ ਇਸ ਤਰੀਕੇ ਨਾਲ ਤੁਸੀਂ ਵੀ ਰੱਖ ਸਕਦੇ ਹੋ। ਅਤੇ ਕਿਹਨਾਂ ਕੋਲ ਮੱਝ ਆ ਦੋਸਤੋ ਇਸੇ ਰਵੇ ਦੇ ਵਿੱਚੋਂ, ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਉਣੀ ਹੈ, ਲਾਸਟ ਤੱਕ ਵੀਡੀਓ ਨੂੰ ਦੇਖਦੇ ਰਹੋ। ਇਹ ਦੋਸਤੋ ਮੱਝ ਇਹਨਾਂ ਦੀ ਜਿਹੜੀ ਮੇਲੇ ਚੜ੍ਹਦੀ ਰਹੀ ਹੈ, ਇਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਦੇ ਹਾਂ ਦੋਸਤੋ। ਅੱਛਾ ਇਹਦਾ ਸੂਆ ਕਿੰਨਵਾਂ ਹੋ ਗਿਆ ਜੀ ਮੱਝ ਦਾ? ਇਹ 7 ਸੂਏ ਸੂਪੀ। 7 ਸੂਪੀ, ਹਾਂਜੀ, ਠੀਕ ਹੈ। ਇਹਦਾ ਕੀ ਨਾਮ ਰੱਖਿਆ ਆਪਾਂ? ਇਹ ਲਾਡੋ ਹੈ ਜੀ। ਲਾਡੋ ਇਹ ਮੇਰੀ ਪਹਿਲੀ ਮੈਂ ਸੀ ਜੀ। ਅੱਛਾ, ਪਹਿਲੀ ਖਰੀਦੀ ਸੀ, ਇਹੀ ਕੱਲੀ ਰਹਿ ਗਈ ਸੀ, ਠੀਕ ਹੈ। ਇਸੇ ਤੋਂ ਬਾਅਦ ਕੱਟੀਆਂ ਸਾਰੀਆਂ ਲਈਆਂ, ਉਹ ਫਿਰ ਹੁਣ ਹੀ ਖਰੀਦੀਆਂ? ਹਾਂ ਜੀ, ਇਹ ਕੱਟੀ ਇਹਦੀ ਆਪਦੀ ਵਿੱਚ ਫਿਰਦੀ ਹੈ, ਠੀਕ ਹੈ, ਲਈਤੀ ਹੈ। ਅੱਛਾ, ਤੇ ਬਾਕੀ ਉਹ ਇਹਦੀ ਦੋਤੀ ਹੈ ਜਿਹੜੀ ਵੱਡੀ ਕੱਟੀ ਆਪਾਂ ਉਹੀ ਥੰਦੇ ਉੱਤੇ ਲਈ ਗਈ, ਠੀਕ ਹੈ। ਅੱਛਾ, ਉਹ ਇਹਦੀ ਦੋਤੀ ਹੈ, ਹਾਂ ਜੀ, ਬਾਕੀ ਕੱਟੀਆਂ ਮੁੱਲ ਲਈਆਂ। ਇਹਦਾ 19 ਕਿਲੋ ਦੁੱਧ ਆਏਗਾ ਜੀ, ਠੀਕ ਹੈ। ਤੇ ਹੁਣ ਇਹ ਗੱਭਣਾ ਕੀ? ਹੁਣ ਇਹ 5 ਮਹੀਨੇ ਗੱਭ ਹੈ।
अच्छा हुण 5 महीने दी कबना 12 किलो दुध हुण भी है ठीक है। ये दोस्तों नीली रावी नसल दी मज जिन्हें नाम इन्हां दा बनाया देख सकदे हो कद बहुत ज्यादा है वड्डी मज आ ते अगलियां लत्तां जे तुसीं निगाह मारो दोस्तों तो बिल्कुल छोटियां दिसणगियां तुहानूं। यही नीली रावी दे स्ट्रक्चर दी खासियत है। इहदा जिहड़ा धड़ दोस्तों वड्डी हुंदी है भारी हुंदी है कद भी बहुत ज्यादा तुसीं इत्थों अंदाजा ला सकदे हो कद काठ दा। अख बहुत सोहणी है बाकी चौड़ी मज दोस्तों वड्डी मज देख सकदे हो तुसीं हजे भी 12 किलो दुध 5 महीनियां दी गब्बण थले हैगा 19-20 किलो दुध दोस्तों 19 किलो ताजी सूई दिंदी है। इस मज दे बच्चे भी एक दोती इस मज की कह लो दोस्तों इहदी झोटी की गांह झोटी जिहड़ी हुण खरीदी है जिहड़ी तुहानूं विखाई है ते अगे भी दोस्तों इहदे बच्चे जिहड़े उह नीली रावी नसल च तैयार करने हैं। सो धन्नवाद वीडियो देखने वास्ते पशु तुहानूं जिहड़े सबाई दे दोस्तों किवें दे लगे कमेंट करके दस्सो ते इस मज बारे भी जरूर तुसीं जिहड़े आपदे विचार उह दोस्तों कमेंट बॉक्स दे विच दिओ। धन्नवाद वीडियो देखने वास्ते।